प्यारे विद्यार्थियों मैं पंजाबी अध्यापक त्रिलोचन सिंह ਤੁਹਾਡੇ ਨਾਲ ਸਾਹਿਤ ਸਗੰਧੀਆਂ ਪੁਸਤਕ ਦੇ ਕਵਿਤਾ ਭਾਗ ਸ਼ੁਰੂ ਕਰ ਚੁੱਕਾ ਪਿਛਲੇ ਭਾਗ ਵਿੱਚ ਆਪਾਂ ਗੁਰੂ ਅਮਰਦਾਸ ਜੀ ਦੀ ਬਾਣੀ ਬਾਰੇ ਪੜ ਚੁੱਕੇ ਹਾਂ ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਗੁਰੂ ਰਾਮਦਾਸ ਜੀ ਉਹਨਾਂ ਦੀ ਰਚਨਾ ਲਾਵਾਂ ਰਾਗ ਸੂਹੀ ਦੇ ਵਿੱਚ ਰਚਿਤ ਨੇ ਲਾਵਾਂ ਇੱਕ ਚਾਰ ਛੰਦਾਂ ਦਾ ਸ਼ਬਦ ਹੈ ਚਾਰ ਛੰਦ ਚਾਰ ਲਾਵਾਂ ਆ ਪਹਿਲੀ ਲਾਮ ਦੂਜੀ ਲਾਮ ਤੀਜੀ ਲਾਮ ਤੇ ਚੌਥੀ ਲਾਮ ਆਪਣੇ ਸਿੱਖ ਧਰਮ ਦੇ ਵਿੱਚ ਜਦੋਂ ਆਨੰਦ ਕਾਰਜ ਹੁੰਦਾ ਤਾਂ ਇਹਨਾਂ ਚਾਰ ਲਾਵਾਂ ਦਾ ਹੀ ਪਾਠ ਪੜਿਆ ਜਾਂਦਾ ਚਾਰ ਲਾਵਾਂ ਦਾ ਕੀਰਤਨ ਕੀਤਾ ਜਾਂਦਾ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਲੇ ਫੇਰੇ ਲਏ ਜਾਂਦੇ ਆ ਇਸ ਕਰਕੇ ਇਹਨਾਂ ਲਾਵਾਂ ਦਾ ਤੁਸੀਂ ਬਹੁਤ ਵਾਰ ਸੁਣਿਆ ਹੋਣਾ ਅੱਜ ਆਪਾਂ ਇਹਨਾਂ ਦੇ ਸਰਲਾਰਥ ਸਮਝਾਂਗੇ ਸ਼ਬਦਾਰਥ ਸਮਝਾਂਗੇ ਕਿ ਲਾਵਾ ਦੇ ਵਿੱਚ ਗੁਰੂ ਸਾਹਿਬ ਕੀ ਕਹਿ ਰਹੇ ਨੇ ਬੱਚਿਓ ਅਸਲ ਵਿੱਚ ਦੁਨਿਆਵੀ ਰੂਪ ਦੇ ਵਿੱਚ ਗ੍ਰਸਤ ਰੂਪ ਦੇ ਵਿੱਚ ਲਾਵਾ ਪਤੀ ਪਤਨੀ ਦਾ ਸਬੰਧ ਨੂੰ ਦਰਸਾਉਂਦੀਆਂ ਨੇ ਲੇਕਿਨ ਜਿਹੜੇ ਗੁਰੂ ਸਾਹਿਬਾਨ ਨੇ ਚਾਹ ਫਕੀਰ ਨੇ ਸੂਫੀ ਫਕੀਰ ਨੇ ਉਹ ਸਾਰੇ ਇਸ ਜੀਵ ਨੂੰ ਇਸਤਰੀਮਨਦੇ ਹੋਏ ਤੇ ਉਸ ਪਰਮਾਤਮਾ ਨੂੰ ਪੁਰਸ਼ਮਨਦੇ ਹੋਏ ਭਾਵ ਜੀਵ ਬੌਟੀ ਹੈ ਤੇ ਉਹ ਪ੍ਰਭੂ ਜੋ ਹੈ ਉਹ ਪ੍ਰੂਣਾ ਹੈ ਇਸ ਭਾਵ ਨਾਲ ਸਾਰੀ ਦੀ ਸਾਰੀ ਰਚਨਾ ਕਰਦੇ ਨੇ ਜਿਹਨੂੰ ਮੈਂ ਇਸ਼ਕ ਹਕੀਕੀ ਕਿਹਾ ਗਿਆ ਹੈ ਦੋ ਤਰ੍ਹਾਂ ਦਾ ਇਸ਼ਕ ਮੰਨਿਆ ਗਿਆ ਅਧਿਆਤਮ ਦੇ ਵਿੱਚ ਇਸ਼ਕ ਹਕੀਕੀ ਇਸ਼ਕ ਮਜ਼ਾਜੀ ਇਸ਼ਕ ਮਜ਼ਾਜੀ ਦੁਨਿਆਵੀ ਇਸ਼ਕ ਜਿਹੜਾ ਦੁਨਿਆਵੀ ਸਬੰਧਾਂ ਦੇ ਵਿੱਚ ਪ੍ਰੇਮ ਪਿਆਰ ਹੈ ਚਾਹੇ ਪਤੀ ਪਤਨੀ ਦਾ ਚਾਹੇ ਭੈਣ ਭਰਾ ਦਾ ਚਾਹੇ ਪਿਓ ਪੁੱਤ ਦਾ ਚਾਹੇ ਮਾਂ ਪੁੱਤ ਦਾ ਹੈ ਮਾਂ ਧੀ ਦਾ ਇਹ ਇਸ਼ਕ ਮਜ਼ਾਜੀ ਮੰਨਿਆ ਜਾਂਦਾ ਇਹਨਾਂ ਦਾ ਪਿਆਰ ਲੇਕਿਨ ਉਸ ਪਰਮਾਤਮਾ ਨਾਲ ਉਸ ਪ੍ਰਭੂ ਨਾਲ ਉਸ ਅੱਲਾ ਨਾਲ ਉਸ ਵਾਹਿਗੁਰੂ ਨਾਲ ਉਸ ਰੱਬ ਨਾਲ ਜਿਹੜਾ ਪਿਆਰ ਆ ਉਹ ਇਸ਼ਕ ਦੇ ਹਕੀਕੀ ਮੰਨਿਆ ਗਿਆ ਉਹਦੇ ਵਿੱਚ ਸਾਰੇ ਸੰਤਾਂ ਨੇ ਸਾਰੇ ਭਗਤਾਂ ਨੇ ਸਾਰੇ ਸੂਫੀ ਫਕੀਰਾਂ ਨੇ ਗੁਰੂ ਸਾਹਿਬਾਨਾਂ ਨੇ ਜੀਵ ਨੂੰ ਇਸਤਰੀ ਤੇ ਉਸ ਪ੍ਰਭੂ ਨੂੰ ਪਰਮਾਤਮਾ ਨੂੰ ਰੱਬ ਨੂੰ ਪੁਰਸ਼ ਪਾਪ ਜੀਵ ਪਤਨੀ ਤੋਂ ਪ੍ਰਭੂ ਪਤੀ ਮੰਨ ਕੇ ਉਹਨਾਂ ਨੇ ਸਾਰੀ ਆਪਣੇ ਸ਼ਬਦਾਂ ਦੀ ਰਚਨਾ ਕੀਤੀ ਹੈ ਇਸ ਸ਼ਬਦ ਦੇ ਵਿੱਚ ਵੀ ਇਹ ਹੈ ਦੁਨਿਆਵੀ ਗ੍ਰਸਤ ਜੀਵਨ ਨੂੰ ਉਦਾਹਰਣ ਦਿੰਦੇ ਹੋਏ ਉਸ ਪ੍ਰਭੂ ਪਰਮਾਤਮਾ ਦੇ ਨਾਲ ਜੀਵ ਇਸਤਰੀ ਦੇ ਮਿਲਾਪ ਦੀ ਦਸ਼ਾ ਨੂੰ ਇਹ ਚਾਰੇ ਲਾਵਾਂ ਪ੍ਰਗਟ ਕਰਦੀਆਂ ਨੇ ਆਓ ਸ਼ੁਰੂ ਕਰਦੇ ਹਾਂ ਲਾਵਾਂ ਦਾ ਪਾਠ ਤੇ ਤੁਸੀਂ ਧਿਆਨ ਨਾਲ ਸੁਣਿਓ ਮੈਂ ਸਭ ਤੋਂ ਪਹਿਲਾਂ ਲਾਵਾਂ ਰਾਗ ਸੂਹੀ ਦੇ ਵਿੱਚ ਮੈਂ ਪਹਿਲੀ 람 ਦਾ ਪਾਠ ਕਰਾਂਗਾ ਤੇ ਤੁਸੀਂ ਧਿਆਨ ਨਾਲ ਸੁਣਨਾ ਹਰ ਪੈਲੜੀ ਲਾਵ ਪਰਵਰਤੀ ਕਰਮ ਦਰੜਾਇਆ ਬਲਰਾਮ ਜਿਓ ਬਾਣੀ ਬ੍ਰਹਮ ਬੇਦ ਧਰਮ ਦਰੜੋ ਪਾਪ ਤਜਾਇਆ ਬਲਰਾਮ ਜਿਓ ਧਰਮ ਦਰੜੋ ਹਰ ਨਾਮ ਧਿਆਵ ਸਿਮਰਤੇ ਨਾਮ ਦਰੜਾਇਆ ਸਤਗੁਰੂ ਪੂਰਾ ਅਰਾਧੋ ਸਭ ਕਿਲ ਵਿੱਚ ਪਾਪ ਗਵਾਇਆ ਸਹਿਜ ਆਨੰਦ ਹੋਆ ਬੜਪਾਗੀ ਮਨ ਹਰਿਆਰ ਮਿੱਠਾ ਲਾਇਆ ਜਨ ਕਹਿ ਨਾਨਕ ਲਾਮ ਪਹਿਲੀ ਆਰੰਭ ਕਾਜ ਰਚਾਇਆ ਇਹ ਤਾਂ ਮੈਂ ਪਹਿਲੀ ਲਾਮ ਦਾ ਪਾਠ ਕੀਤਾ ਹੁਣ ਆਪਾਂ ਦੂਸਰੀ ਲਾਮ ਦਾ ਪਾਠ ਕਰਦੇ ਹਾਂ ਦੂਸਰੀ ਲਾਮ ਹਰ ਦੁਜੜੀ ਲਾਮ ਸਤਗੁਰ ਪੁਰਖ ਮਿਲਾਇਆ ਬਲਰਾਮ ਜਿਓ ਨਿਰਪਉ ਪੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜਿਓ ਨਿਰਮਲ ਪਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਨਾਮ ਹਦੁਰੈ ਹਰ ਵੇਖੈ RAM ਹਦੁਰੈ ਹਰ ਆਤਮ RAM ਪਸਾਰਿਆ ਸਵਾਮੀ ਸਰਵਰਿਆ ਪਰਪੂਰੈ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਵ ਚਲਾਈ ਅਨਹਤ ਸ਼ਬਦ ਬਜਾਏ ਇਹ ਤਾਂ ਦੋਲਾਵਾਂ ਦਾ ਪਾਠ ਜਿਹੜਾ ਤੁਹਾਡੀ ਪਾਠ ਪੁਸਤਕ ਦੇ ਵਿੱਚ ਲਿਖਿਆ ਹੋਇਆ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾਇਆ ਹੁਣ ਇਹਦੇ ਸ਼ਬਦ ਅਰਥ ਤੇ ਸਰਲ ਅਰਥ ਮੈਂ ਤੁਹਾਨੂੰ ਵਿਸਤਾਰ ਨਾਲ ਸਮਝਾਉਣਾ ਵਿੱਚੋਂ ਧਿਆਨ ਦਿਓ ਪਹਿਲੀਆਂ ਦੋ ਸਤਰਾਂ ਨੇ ਪਹਿਲੀ ਲਾਮ ਦੀਆਂ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦਿਰੜਾਇਆ ਬਲਰਾਮ ਜੀਓ ਪ੍ਰਵਿਰਤੀ ਕਰਮ ਕੀ ਚੀਜ਼ ਹੁੰਦੀ ਹੈ ਪ੍ਰਵਿਰਤੀ ਕਰਮ ਪ੍ਰਵਿਰਤੀ ਕਰਮ ਪਰਮਾਤਮਾ ਦੇ ਨਾਮ ਜਪਣ ਦੇ ਆਰ ਵਿੱਚ ਰੁੱਝਣ ਦਾ ਕੰਮ ਪ੍ਰਵਿਰਤੀ ਕਰਮ ਉਸ ਪਰਮਾਤਮਾ ਦੇ ਨਾਮ ਲੈਣ ਦੇ ਵਿੱਚ ਰੁੱਝਣ ਦਾ ਖੁੱਭਣ ਦਾ ਕੰਮ ਪਹਿਲੀ 라ਮ ਦੇ ਨਾਲ ਸ਼ੁਰੂਆਤ ਦੇ ਵਿੱਚ ਕੀ ਹੁੰਦਾ ਦਿਰੜਾਇਆ ਦਿਰੜਾਇਆ ਮਤਲਬ ਪੱਕਾ ਕੀਤਾ ਨਿਸ਼ਚੈ ਕੀਤਾ ਦਿਰੜਾਇਆ ਨਿਸ਼ਚੈ ਕਰਵਾਇਆ ਪੱਕਾ ਕੀਤਾ ਬਲਰਾਮ ਜੀਓ RAM ਜੀਓ ਕੇ ਹੈ RAM ਜੀਓ ਹੈ RAM ਜੀ ਬਲ ਮਨੇ ਸਦਕੇ ਬਲਰਾਮ ਜੀਓ ਹੈ RAM ਜੀ ਤੇਥੋਂ ਸਦਕੇ ਹਾਂ ਹੈ ਪਰਮਾਤਮਾ ਜੀ ਮੈਂ ਦਿੱਤੋਂ ਬਲਿਹਾਰੀ ਹਾਂ ਬਲ ਮਨੇ ਬਲਿਹਾਰੀ ਸਦਕੇ ਹਾਂ ਕਿਰੇ ਸਦਕੇ ਸਦਕੇ ਜਾਵਾਂ ਤਾਂ ਕਹਿੰਦੇ ਸ਼ੁਰੂਆਤ ਦੇ ਵਿੱਚ ਜਿਸ ਤਰ੍ਹਾਂ ਪਹਿਲੀ ਲਾਹਮ ਦੇ ਵਿੱਚ ਕੀ ਹੁੰਦਾ ਜਦੋਂ ਚਾਹੇ ਇਸਤਰੀ ਪੁਰਸ਼ ਨਾਲ ਮਿਲਾਪ ਕਰਦੀ ਦੁਨਿਆਵੀ ਰੂਪ ਦੇ ਵਿੱਚ ਜਦੋਂ ਉਹਨਾਂ ਦਾ ਵਿਆਹ ਦਾ ਕੰਮ ਸ਼ੁਰੂ ਹੁੰਦਾ ਜਾਂ ਜਦੋਂ ਉਸ ਪ੍ਰਭੂ ਦੀ ਪ੍ਰਾਪਤੀ ਵੱਲ ਇਹ ਆਤਮਾ ਵੱਧਦੀ ਹੈ ਤਾਂ ਕੀ ਹੁੰਦਾ ਉਸ ਦੇ ਨਾਮ ਸਿਮਰਨ ਦਾ ਦ੍ਰਿੜ ਕਰਨ ਦਾ ਕੰਮ ਸ਼ੁਰੂ ਹੁੰਦਾ ਉਹਦੇ ਆਰ ਵਿੱਚ ਲੱਗਦਾ ਸਭ ਤੋਂ ਪਹਿਲਾਂ ਬਾਣੀ ਬ੍ਰਹਮਾ ਵੇਦ ਧਰਮ ਦ੍ਰੜੋ ਬਾਣੀ ਕਿਹਦੀ ਬਾਣੀ ਬਾਣੀ ਦਾ ਮਤਲਬ ਗੁਰੂ ਦੀ ਬਾਣੀ ਗੁਰੂ ਦੀ ਸਿੱਖਿਆ ਬ੍ਰਹਮਾ ਵੇਦ ਉਹ ਜਿਵੇਂ ਬ੍ਰਹਮਾ ਦਾ ਵੇਦ ਆ ਜਿਸ ਤਰ੍ਹਾਂ ਬ੍ਰਹਮਾ ਦਾ ਵੇਦ ਆ ਇਸ ਤਰ੍ਹਾਂ ਹੀ ਗੁਰੂ ਦੀ ਬਾਣੀ ਆ। ਬ੍ਰਹਮਾ ਜੀ ਨੇ ਵੇਦ ਲਿਖਿਆ ਮੰਨਿਆ ਜਾਂਦਾ। ਵੇਦ ਬਹੁਤ ਉੱਚੀ ਸੁਚੀ ਪੁਸਤਕ ਮੰਨੀ ਜਾਂਦੀ ਹੈ। ਭਾਵ ਵੇਦ ਦੀ ਬਹੁਤ ਮਹੱਤਤਾ ਲੇਕਿਨ ਉਹ ਕਹਿੰਦੇ ਨੇ ਕਿ ਜਿਸ ਜਿਹੜੀ ਗੁਰੂ ਦੀ ਬਾਣੀ ਆ ਉਹ ਮੇਰੇ ਲਈ ਬ੍ਰह्म ਦਾ ਵੇਦ ਆ ਬ੍ਰह्म ਦਾ ਵੇਦ। ਧਰਮੰਦਰੜਾ ਧਰੜਾ ਸ਼ਬਦ ਪਹਿਲੇ ਆ ਗਿਆ ਨਿਸ਼ਚੈ ਕਰਾਇਆ। ਧਰਮ ਚ ਪੱਕਾ ਕਰਦਾ। ਮੈਨੂੰ ਧਰਮ ਦੇ ਵਿੱਚ ਪੱਕਾ ਕਰਦਾ। પાપ તજાયા બલરામ જીઓ તજણા ਹੁੰਦਾ ਕਿਸੇ ਚੀਜ਼ ਨੂੰ ਛੱਡ ਦੇਣਾ ਤਜਾਇਆ ਤਜੇ ਜਾਂਦੇ ਨੇ ਛੱਡੇ ਜਾਂਦੇ ਨੇ ਕੀ ਚੀਜ਼ ਛੱਡੇ ਜਾਂਦੇ ਨੇ পাপ ਛੱਡੇ ਜਾਂਦੇ ਨੇ ਬਲરાਮ ਜੀ ਉਹੀ ਕਿ हे राम जी ਮੈਂ ਤੇਰੇ ਤੋਂ ਸਦਕੇ ਜਾਣਾ ਕੀ ਕਹਿ ਰਹੇ ਨੇ ਗੁਰੂ ਰਾਮਦਾਸ ਜੀ ਕਿ हे राम जी हे ਪ੍ਰਭੂ ਜੀ ਮੈਂ ਤੇਰੇ ਤੋਂ ਸਦਕੇ ਜਾਣਾ ਕਿ ਕੀ ਹੋਇਆ ਕਿ ਤੇਰੀ ਬਾਣੀ ਗੁਰੂ ਦੀ ਬਾਣੀ ਮੇਰੇ ਲਈ ਬ੍ਰਹਮਾ ਦੇ ਵੇਦ ਸਮਾਨ ਹੈ ਮੈਂ ਧਰਮ ਦੇ ਵਿੱਚ ਪੱਕਾ ਹੋ ਜਾਣਾ ਤੇ ਮੇਰੇ ਪਾਪ ਛੁੱਟ ਦੇ ਜਾਂਦੇ ਆ ਸਮਝ ਗਏ ਵਿੱਚੋਂ ਆਓ ਅਗਲੀਆਂ ਸਤਰਾਂ ਦੇਖਦੇ ਆਂ ਧਰਮ ਦਰੜਾਓ ਹਰਨਾਮ ਧਿਆਵੋ ਸਿਮਰਤ ਨਾਮ ਦਿਰੜਾਇਆ ਦਿਰੜਾਇਆ ਦ੍ਰਿੜ ਕੀਤਾ ਦ੍ਰਿੜ ਕਰਨਾ ਪੱਕਾ ਕਰਨਾ ਨਿਸ਼ਚੈ ਕਰਨਾ ਧਰਮ ਦਿਰੜੋ ਧਰਮ ਦੇ ਵਿੱਚ ਪੱਕੇ ਹੋਵੋ ਹਰਨਾਮ ਧਿਆਵੋ ਹਰੀ ਦਾ ਨਾਮ ਪਰਮਾਤਮਾ ਦਾ ਨਾਮ ਧਿਆਵੋ ਜਪੋ ਸਿਮਰਤ ਸਿਮਰਤ ਸ਼ਬਦ ਦਾ ਮਤਲਬ ਆ ਸਿਮਰਨ ਕਰਨਾ ਸਿਮਰਤ ਸ਼ਬਦ ਦਾ ਕੀ ਅਰਥ ਹੈ ਸਿਮਰਨ ਕਰਨਾ ਨਾਮ ਦਰੜਾਇਆ ਉਸ ਪ੍ਰਭੂ ਦਾ ਨਾਮ ਪੱਕਾ ਕਰਵਾਇਆ ਸਤ ਗੁਰ ਗੁਰ ਪੂਰਾ ਅਰਧੋ ਉਸ ਪੂਰੇ ਗੁਰੂ ਦੀ ਉਸ ਸਤ ਗੁਰੂ ਦੀ ਉਸ ਸੱਚੇ ਗੁਰੂ ਨੂੰ ਧਿਆਵੋ ਉਹਨੂੰ ਅਰਧੋ ਸਭ ਸਾਰੇ ਕਿਲਵਿਕ ਕਿਲਵਿਕ ਵੀ ਕੀ ਹੁੰਦਾ ਪਾਪ ਹੁੰਦਾ ਪਾਪ ਕਿਲਵਿਕ ਪਾਪ ਮਿਲ ਗਿਆ ਦੋਨੋਂ ਸ਼ਬਦਾਂ ਕਿਲਵਿਕ ਦਾ ਅਰਥ ਪਾਪ ਹੈ ਔਰ ਪਾਪ ਤਾਂ ਹੀ ਕਿਲਵਿਕ ਪਾਪ ਗਵਾਇਆ ਯਾਨੀ ਕਿ ਤੇਰੇ ਪਾਪ ਸਾਰੇ ਗਵਾਜ ਜਾਣਗੇ ਪਾਪ ਤੇਰੇ ਪਾਪ ਸਾਰੇ ਦੂਰ ਹੋ ਜਾਣਗੇ ਔਰ ਅੰਤਿਮ ਦੋ ਸਤਰਾਂ ਦੇ ਵਿੱਚ ਪਹਿਲੀ ਲਾਮਨੀਆਂ ਵਿੱਚ ਕੀ ਕਹਿ ਰਹੇ ਨੇ ਗੁਰੂ ਸਾਹਿਬ ਆਓ ਦੇਖਦੇ ਹਾਂ ਸਹਿਜ ਆਨੰਦ ਹੋਆ ਬੜਪਾਗੀ ਮਨ ਹਰ ਹਰ ਮੀਠਾ ਲਾ ਸਹਿਜ ਆਨੰਦ ਸਹਿਜ ਆਨੰਦ ਦਾ ਆਤਮਿਕ ਅਡੋਲਤਾ ਦਾ ਸੁਖ ਜਿੱਥੋਂ ਬੰਦਾ ਡੋਲਦਾ ਨਹੀਂ ਆਤਮਿਕ ਰੂਪ ਨਾਲ ਮਾਨਸਿਕ ਰੂਪ ਨਾਲ ਅਡੋਲ ਹੋ ਜਾਂਦਾ ਸ਼ਾਂਤ ਹੋ ਜਾਂਦਾ ਉਹਨਾਂ ਕਹਿੰਿਆ ਸਹਿਜ ਆਨੰਦ ਹੋਆ ਬੜਾ ਮੈਨੂੰ ਸਹਿਜ ਆਨੰਦ ਦੀ ਪ੍ਰਾਪਤੀ ਹੋ ਗਈ ਮੈਂ ਵੱਡੇ ਭਾਗਾ ਵਾਲਾ ਹਾਂ ਮਨ ਹਰ ਹਰ ਮੀਠਾ ਲਾਇਆ ਮੇਰਾ ਮਨ ਵੀ ਮਿੱਠਾ ਹੋ ਗਿਆ ਹਰੀ ਮੈਨੂੰ ਮਿੱਠਾ ਲੱਗਣ ਲੱਗ ਗਿਆ ਪ੍ਰਮਾਤਮਾ ਦਾ ਨਾਮ ਮੈਨੂੰ ਮਿੱਠਾ ਲੱਗਣ ਲੱਗ ਗਿਆ ਜਨ ਕਹੇ ਨਾਨਕ ਲਾਮ ਪਹਿਲੀ ਆਪਾਂ ਪਹਿਲੀ ਲਾਮ ਦਾ ਪਾਠ ਕਰ ਰਹੇ ਨਾਨਕ ਪਾਦੀ ਵਰਤੋ ਸਾਰੇ ਗੁਰੂ ਸਾਹਿਬਾਨ ਕਰ ਰਹੇ ਨੇ ਚੌਥੇ ਗੁਰੂ ਰਾਮਦਾਸ ਜੀ ਵੀ ਕਰ ਰਹੇ ਨੇ ਅਰੰਭ ਕਾਜ ਰਚਾਇਆ ਕਾਜ ਗਿਆ ਗਿਆ ਵਿਆਨ ਆਪਰੇ ਗੰਗਾ ਨਗਰ ਦੇ ਵਿੱਚ ਕੰਬੋਜ ਜਾਤੀ ਦੇ ਲੋਕ ਵਿਆਹ ਨੂੰ ਅੱਜ ਵੀ ਕਾਜ ਕਹਿੰਦੇ ਆ ਕਾਜ ਰਚਾਇਆ ਅਰੰਭ ਕਾਜ ਰਚਾਇਆ ਇੱਥੋਂ ਵਿਆਹ ਦਾ ਆਰੰਭ ਹੋਇਆ ਵਿਆਹ ਹੋਣਾ ਸ਼ੁਰੂ ਹੋਇਆ ਇਹਦੇ ਪਾਵਰਥ ਕੀ ਆ ਕਿ ਸ਼ੁਰੂ ਦੇ ਵਿੱਚ ਉਹ ਸਤਗੁਰੂ ਜਿਹੜਾ ਉਹ ਵਿਚੋਲੇ ਦੇ ਰੂਪ ਦੇ ਵਿੱਚ ਮਿਲਿਆ ਉਸ ਵਿਚੋਲੇ ਨੇ ਵਿਆਹ ਦੀ ਗੱਲ ਅਰੰਭੀ ਆ ਵਿਆਹ ਦੀ ਗੱਲ ਸ਼ੁਰੂ ਕੀਤੀ ਆ ਤੇ ਉਹਦੇ ਨਾਲ ਕੀ ਹੋਇਆ ਧਰਮ ਦੇ ਵਿੱਚ ਮੈਂ ਪੱਕਾ ਹੋਇਆ ਮੇਰੇ ਪਾਪ ਜਿਹੜੇ ਆ ਉਹ ਛੱਡੇ ਗਏ ਉਹ ਦੂਰ ਹੁੰਦੇ ਗਏ ਔਰ ਮੈਂ ਨਾਮ ਸਿਮਰਨ ਦੇ ਵਿੱਚ ਦ੍ਰਿੜ ਹੁੰਦਾ ਗਿਆ ਯਾਨੀ ਕਿ ਉਸ ਪ੍ਰਮਾਤਮਾ ਦੀ ਪ੍ਰਾਪਤੀ ਲਈ ਪਹਿਲਾ ਕਦਮ ਕੀਆ ਉਹਦਾ ਨਾਮ ਸਿਮਰਨ ਕਰਨਾ ਉਹਦਾ ਧਰਮ ਦੇ ਵਿੱਚ ਪੱਕੇ ਹੋਣਾ ਨਾਮ ਜਪਣਾ ਸਿਮਰਨ ਕਰਨਾ ਆਓ ਹੁਣ ਦੂਜੀ ਲਾਮ ਦੇ ਅਰਥ ਆਪਾਂ ਦੇਖਦੇ ਆਂ ਦੂਜੀ ਲਾਮ ਵੀ ਆ ਪਹਿਲੀਆਂ ਦੋ ਸੁਰਾਂ ਹਰ ਦੁਜੜੀ ਲਾਮ ਸਤਗੁਰ ਪੁਰਖ ਮਿਲਾਇਆ ਬਲਰਾਮ ਜੀ ਉਸ ਸਤਗੁਰੂ ਦੀ ਉਸ ਸੱਚੇ ਗੁਰੂ ਦੀ ਮੇਰੇ ਨਾਲ ਮਿਲਾਪ ਹੋਇਆ ਸਤਗੁਰ ਪੁਰਖ ਮਿਲਾਇਆ ਤੇ ਉਹਦੇ ਨਾਲ ਕੀ ਹੋਇਆ ਦੁਜੀ ਲਾਮ ਦੇ ਵਿੱਚ ਕੀ ਹੋਇਆ ਨਿਰਭਉ ਨਿਰਭਉ ਬਲਰਾਮ ਜੀ ਉਹ ਤਾਂ ਬਾਰ ਬਾਰ ਹਰ ਲਾਮ ਦੇ ਵਿੱਚ 17 ਜਣਾ ਬਲਰਾਮ ਜੀ ਹੇ ਰਾਮ ਜੀ ਤਿੱਥੋਂ ਸਦਕੇ ਜਾਂਦਾ ਨਿਰਭਉ ਨਿਰਪਉ ਹੁੰਦਾ ਨਿਡਰ ਨਿਡਰ ਨਿਰਪਉ ਪੈ ਮਨ ਹੋਏ ਜਿਹੜੇ ਮੇਰਾ ਮਨ ਦੇ ਪੈ ਸੀ ਮੈਂ ਹੁਣ ਨਿਡਰ ਹੋ ਗਿਆ ਜਦੋਂ ਮੈਨੂੰ ਵਿਚੋਲਾ ਮਿਲ ਗਿਆ ਤੇ ਦੂਜੇ ਸਟੈਪ ਦੇ ਵਿੱਚ ਕੀ ਹੋਇਆ ਦੂਜੇ ਅਗਲੇ ਕਾਰਜ ਆਰੰਭ ਕਾਰਜ ਰਚਾਇਆ ਪਹਿਲੀ ਲਾਭ ਚ ਤੇ ਦੂਜੀ ਲਾਭ ਚ ਕੀ ਹੋਇਆ ਕਿ ਮੈਂ ਨਿਡਰ ਹੋ ਗਿਆ ਹਉਮੈ ਮੈ ਲਗਵਾਇਆ ਹਉਮੈ ਹੁੰਦਾ ਹੰਕਾਰ ਜਿਹੜੀ ਹੰਕਾਰ ਰੂਪੀ ਮਹਿਲ ਸੀ ਉਹ ਦੂਰ ਹੋ ਗਈ। ਹਮੇ ਮੈਲ ਗਿਆ। ਬਲਰਾਮ ਜੀਓ, ਹੇ ਰਾਮ ਜੀ ਮੈਂ ਤੇਰੇ ਇਥੋਂ ਸਦਕੇ ਜਾਣਾ, ਮੈਂ ਤੇਰੇ ਤੋਂ ਵਾਰੀ-ਵਾਰੀ ਜਾਣਾ, ਮੈਂ ਤੇਰੇ ਤੋਂ ਬਲਿਹਾਰ ਜਾਣਾ। ਤਾਂ ਇਹ ਦੂਜੀ ਲਾਮਨੀਆ ਪਹਿਲੀਆਂ 217 ਹੋ ਗਈਆਂ ਹੁਣ ਅਗਲੀਆਂ 70 ਦੇਖਦੇ ਆਪਾਂ। ਅਗਲੀਆਂ 217 ਨੂੰ ਇਹ ਚ ਕਰਿਆ। ਨਿਰਮਲ ਭਉ ਪਾਇਆ। ਨਿਰਮਲ ਹੁੰਦਾ ਸਾਫ, ਪਵਿੱਤਰ। ਉਹ ਪ੍ਰੇਮ ਮੈਨੂੰ ਮੈਂ ਉਸ ਪ੍ਰਮਾਤਮਾ ਦਾ ਸੱਚਾ ਪ੍ਰੇਮ ਸਾਫ ਪ੍ਰੇਮ ਨਿਰਮਲ ਪ੍ਰੇਮ ਸ਼ੁੱਧ ਪ੍ਰੇਮ ਉਹ ਮੈਂ ਪਾਇਆ ਹਰ ਗੁਣ ਗਾਇਆ ਤੇ ਫਿਰ ਮੈਂ ਉਸ ਹਰੀ ਦੇ ਗੁਣ ਗਾਏ ਤੇ ਜਦੋਂ ਹਰੀ ਦੇ ਗੁਣ ਗਾਏ ਹਰ ਵੇਖੈ ਰਾਮ ਹਦੂਰੇ ਹਦੂਰੇ ਹਾਜ਼ਰ ਮੈਂ ਉਸ ਹਰੀ ਨੂੰ ਹਾਜ਼ਰ ਨਾਜ਼ਰ ਦੇਖਣਾ ਸ਼ੁਰੂ ਕਰ ਦਿੱਤਾ ਐ 70 ਦੇ ਵਿੱਚ ਕੀ ਗਾਇਨੇ ਹਰ ਆਤਮ ਰਾਮ ਪਸਾਰਿਆ ਇਸ ਦੁਨੀਆ ਦੇ ਵਿੱਚ ਸਾਰਾ ਉਸ ਰਾਮ ਦਾ ਹੀ ਪਸਾਰ ਆਇਆ ਉਸ ਪ੍ਰਭੂ ਦਾ ਹੀ ਪਸਾਰ ਆਇਆ ਉਸ ਪਰਮਾਤਮਾ ਦਾ ਹੀ ਪਸਾਰ ਆਇਆ ਸਵਾਮੀ ਸਰਵ ਰੇ ਆ ਭਰੂਰੇ ਉਹ ਸਵਾਮੀ ਸਾਰੇ ਜਗਤ ਦੇ ਵਿੱਚ ਸਰਬ ਸਾਰੇ ਜਗਤ ਦੇ ਵਿੱਚ ਭਰਪੂਰ ਰੂਪ ਨਾਲ ਪ੍ਰਾਪਤ ਰੂਪ ਨਾਲ ਜਿਨੂੰ ਕਿ ਆਪਾਂ ਕਹਿੰਦੇ ਕਣ-ਕਣ ਦੇ ਵਿੱਚ ਰੱਬ ਵੱਸਦਾ ਸਭ ਉਸ ਸਵਮੀ ਦਾ ਹੀ ਪਸਾਰਾ ਹੈ ਉਸ ਪ੍ਰਮਾਤਮਾ ਨੇ ਪਸਾਰਾ ਹੈ ਆਓ ਦੂਸਰੀ ਲਾਮ ਦੀਆਂ ਅੰਤਿਮ ਦੋ ਸਤਰਾਂ ਦੇਖਦੇ ਹਾਂ ਕੀ ਕਹਿੰਦੇ ਨੇ ਗੁਰੂ ਸਾਹਿਬ ਅੰਤਰ ਬਾਹਰ ਹਰ ਪ੍ਰਭ ਇੱਕੋ ਅੰਤਰ ਅੰਦਰ ਬਾਹਰ ਬਾਹਰ ਮੇਰੇ ਅੰਦਰ ਤੇ ਬਾਹਰ ਉਹ ਹਰੀ ਉਹ ਪ੍ਰਭ ਇੱਕੋਈ ਮੈਨੂੰ ਇਹ ਗੱਲ ਦੀ ਸਮਝ ਆ ਗਈ ਕਿ ਮੇਰੇ ਅੰਦਰ ਤੇ ਬਾਹਰ ਉਹ ਇੱਕੋ ਹੀ ਪ੍ਰਭੂ ਆ ਇੱਕੋ ਹੀ ਪਰਮਾਤਮਾ ਹੈ ਇੱਕੋ ਹੀ ਰੱਬ ਆ ਮੇਲ ਹਰ ਜਨ ਮੰਗਲ ਗਾਏ ਮੰਗਲ ਹੁੰਦਾ ਹੈ ਖੁਸ਼ੀ ਦੇ ਗੀਤ ਗਾਣ ਖੁਸ਼ੀ ਦੇ ਗੀਤ ਮੰਗਲ ਗੀਤ ਜਿਹੜੇ ਵਿਆਹ ਦੇ ਵਿੱਚ ਗੀਤ ਗਾਏ ਜਾਂਦੇ ਨੇ ਤੁਸੀਂ ਪੜੋਗੇ ਘੋੜੀਆਂ ਤੇ ਸੁਹਾਗ ਘੋੜੀਆਂ ਮੁੰਡੇ ਦੇ ਕਰੇ ਗਾਈਆਂ ਜਾਂਦੀਆਂ ਇਸ ਵਾਰ ਕੁੜੀ ਵਾਲਿਆਂ ਦੇ ਕਰੇ ਜਿਹੜੇ ਵਿਆਹ ਦੇ ਲਈ ਗੀਤ ਗਾਇ ਜਾਂਦੇ ਮੰਗਲ ਗੀਤ ਕਿਹਾ ਜਾਂਦਾ ਖੁਸ਼ੀ ਦੇ ਗੀਤ ਕਿਹਾ ਜਾਂਦਾ ਤੇ ਮੈਨੇ ਹਰੀ ਜਨਾਂ ਦੇ ਨਾਲ ਭਾਵ ਉਸ ਪਰਮਾਤਮਾ ਦੇ ਲੋਕਾਂ ਦੇ ਨਾਲ ਭਾਵ ਸੰਗਤ ਦੇ ਨਾਲ ਮੈਂ ਮੰਗਲ ਗੀਤ ਗਾਏ ਖੁਸ਼ੀ ਦੇ ਗੀਤ ਗਾਏ ਮਿਲਾਪ ਦੇ ਗੀਤ ਗਾਏ ਜਨ ਨਾਨਕ ਦੂਜੀ ਲਾਮ ਚਲਾਈ ਇਸ ਤਰ੍ਹਾਂ ਦੂਜੀ ਲਾਮ ਚੱਲੀ ਅਨਹਦ ਸ਼ਬਦ বাজાય ਅਨੰਦ ਇੱਕ ਰਸ ਆ ਇਹ ਮੰਨਿਆ ਮੰਨਿਆ ਜਾਂਦਾ ਸੌਰੀ ਕਿ ਅਨਹਦ ਨਾਦ ਜਦੋਂ ਉਸ ਪ੍ਰਭੂ ਦੀ ਪ੍ਰਾਪਤੀ ਵਾਲੇ ਪਾਸੇ ਮਨੁੱਖ ਚਲਾ ਜਾਂਦਾ ਤਾਂ ਉਹਦੇ ਅੰਦਰੋਂ ਇੱਕ ਰਸ ਪੈਦਾ ਹੋ ਜਾਂਦਾ ਇੱਕ ਨਾਦ ਵੱਜਦਾ ਇੱਕ ਸੰਗੀਤ ਵੱਜਦਾ ਜਿਹੜਾ ਆਪੇ ਵੱਜਦਾ ਜਿਹੜਾ ਆਪੇ ਵੱਜਦਾ ਕੋਈ ਵਜਾਉਂਦਾ ਨਹੀਂ ਉਹਦੇ ਪਾਵਨ ਰਿਕ ਧੁਨ ਪੈਦਾ ਹੋ ਜਾਂਦੀ ਆ ਉਹਨੂੰ ਅਨਹਦ ਨਾਦ ਕਿਹਾ ਗਿਆ ਤੇ ਅਨਹਦ ਸ਼ਬਦ ਵਜਾਏ ਤੇ ਮੇਰੇ ਉਹ ਉਹ ਧੁਨ ਉਹ ਰਸ ਮੇਰੇ ਅੰਦਰ ਪ੍ਰਾਪਤ ਹੋ ਗਿਆ ਯਾਨੀ ਕਿ ਜੇ ਇਹਦੇ ਪਾਵਰਸ ਕੀਏ ਤੇ ਦੂਸਰੇ ਲਾਗ ਦੇ ਵਿੱਚ ਕੀ ਹੋਇਆ ਮੇਰੇ ਮਨ ਦੇ ਪੌ ਜਿਹੜੇ ਸੀ ਮੇਰੇ ਮਨ ਦੇ ਜਿਹੜੇ ਡਰ ਸੀ ਮੇਰੇ ਮਨ ਦੇ ਜਿਹੜੇ ਤੋਖਲੇ ਸੀ ਮੈਨੇ ਜੋ ਸਹਿਮ ਸੀ ਉਹ ਸਾਰਾ ਦੂਰ ਹੋ ਗਿਆ ਜੋ ਮੈਨੂੰ ਡਰ ਸੀ ਪ੍ਰਭੂ ਦੇ ਨਾਲ ਮਿਲਾਪ ਦੇ ਵਿੱਚ ਦੂਜੀ ਲਾਗ ਦੇ ਵਿੱਚ ਉਹ ਸਾਰਾ ਦੂਰ ਹੋ ਗਿਆ ਹੋਣ ਭਾਵ ਇਹ ਜੀਵ ਸਤਰੀ ਉਸ ਪ੍ਰਮਾਤਮਾ ਨੂੰ ਮਿਲਣ ਲਈ ਤਿਆਰ ਹੈ ਔਰ ਉਹਨੂੰ ਕੋਈ ਡਰ ਪਾਉ ਨਹੀਂਗਾ। ਨਿਰਮਲ ਉਹਦਾ ਮਨ ਹੋ ਗਿਆ ਹਰੀ ਦੇ ਗੀਤ ਖੁਸ਼ੀ ਦੇ ਗੀਤ ਮੰਗਲ ਗੀਤ ਗਾਉਣ ਲੱਗ ਪਈ। ਇਹ ਸਨ ਦੋਲਾਵਾਂ ਅਗਲੇ ਭਾਗ ਦੇ ਵਿੱਚ ਆਪਾਂ ਤੀਜੀ ਤੇ ਚੌਥੀ ਲਾਮ ਵਰੇ ਪੜਾਂਗੇ। ਬਹੁਤ ਬਹੁਤ ਧੰਨਵਾਦ।